ਕਿ ਆਪਨੇ ਮੇਰੇ ਕੋ ਰੇਲਵੇ ਬਜਟ ਔਰ ਡਿਮਾਂਡ 'ਤੇ ਬੋਲਣ ਦਾ ਮੌਕਾ ਦਿੱਤਾ। ਮੈਂ ਸਭ ਤੋਂ ਪਹਿਲਾਂ ਅਤੇ ਫਿਰੋਜ਼ਪੁਰ ਦੇ ਵੋਟਰਾਂ ਦਾ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਤੀਜੀ ਵਾਰ ਪਾਰਲੀਮੈਂਟ 'ਚ ਸੇਵਾ ਕਰਨ ਦਾ ਮੌਕਾ ਦਿੱਤਾ। ਸਭਾਪਤੀ ਜੀ, ਜਿਸ ਏਰੀਏ ਜਿਸ ਕੰਸਟੀਚੁਐਂਸੀ ਫਿਰੋਜ਼ਪੁਰ ਤੋਂ ਮੈਂ ਇੱਥੇ ਆਇਆ, ਉਹ ਕੰਸਟੀਚੁਐਂਸੀ ਸਭਾਪਤੀ ਜੀ 200 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ 'ਤੇ ਨਾਲ ਲੱਗਦੀ ਹੈ ਔਰ ਰੇਲਵੇ ਤੋਂ ਕਨੈਕਟੀਵਿਟੀ ਤੋਂ ਫਿਰੋਜ਼ਪੁਰ ਕੰਸਟੀਚੁਐਂਸੀ ਬਿਲਕੁਲ ਕੋਈ ਵੀ ਸੁਵਿਧਾ ਜੋ ਅੱਜ ਤੱਕ ਉਪਲਬਧ ਨਹੀਂ ਹੋਈ। ਪਹਿਲੀ ਗੱਲ ਤਾਂ ਸਰ, ਸਾਡੇ ਪੰਜਾਬ ਦੀ ਰਾਜਧਾਨੀ ਵਾਸਤੇ ਸਾਨੂੰ ਕੋਈ ਟ੍ਰੇਨ ਨਹੀਂ ਮਿਲੀ ਹੋਈ। ਦੂਜਾ, ਦਿੱਲੀ ਵਾਸਤੇ ਰਾਜਧਾਨੀ 'ਚ ਆਉਣ ਵਾਸਤੇ ਸਾਡੇ ਕੋਲ ਕੋਈ ਟ੍ਰੇਨ ਦਾ ਪ੍ਰਬੰਧ ਨਹੀਂ ਹੈ। ਸੋ ਸਭਾਪਤੀ ਜੀ, ਮੈਂ ਬੇਨਤੀ ਕਰਦਾ ਆਪਦੇ ਰਾਹੀਂ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਟ੍ਰੇਨਾਂ ਹੈ ਫਾਜ਼ਿਲਕਾ ਤੋਂ ਹਰਿਦੁਆਰ ਵਾਸਤੇ, ਬੜਾ ਲੋਕਾਂ ਦੀ ਭਾਵਨਾਵਾਂ ਜੋ ਹੈ ਹਰਿਦੁਆਰ ਜਾਣ ਵਾਸਤੇ ਜੁੜੀ, ਇੱਕ ਟ੍ਰੇਨ ਦੀ ਬੜੀ ਡਿਮਾਂਡ ਹੈ। ਫਾਜ਼ਿਲਕਾ ਤੋਂ ਦਿੱਲੀ ਵਾਸਤੇ ਇੰਟਰਸਿਟੀ, ਜਿੱਥੇ ਮੇਰਾ ਆਪਣਾ ਪਿੰਡ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ, ਅਤੇ ਉਹ ਇੱਕ ਬੜੀ ਜ਼ਰੂਰੀ ਹੈ। ਚਾਹੇ ਤਾਂ ਉੱਥੇ ਇੰਟਰਸਿਟੀ ਕੀਤੀ ਜਾਵੇ ਜਾਂ ਕੋਈ ਹੋਰ ਐਕਸਪ੍ਰੈਸ ਟ੍ਰੇਨ ਚਲਾ ਕੇ ਉੱਥੋਂ ਦੇ ਲੋਕਾਂ ਨੂੰ ਸੁਵਿਧਾ ਦਿੱਤੀ ਜਾਵੇ। ਸੋ ਗੰਗਾਨਗਰ ਤੋਂ ਅਬੋਹਰ ਵਾਇਆ ਫਾਜ਼ਿਲਕਾ ਚੰਡੀਗੜ੍ਹ ਇੱਕ ਟ੍ਰੇਨ ਐਕਸਟੈਂਡ ਕੀਤੀ ਜਾ ਸਕਦੀ ਹੈ, ਜੋ ਚੰਡੀਗੜ੍ਹ ਤੋਂ ਚੱਲ ਕੇ ਫਿਰੋਜ਼ਪੁਰ ਆ ਕੇ 250 ਕਿਲੋਮੀਟਰ ਆ ਕੇ ਰੁਕ ਜਾਂਦੀ ਹੈ, ਤਾਂ ਇਹ 150 ਕਿਲੋਮੀਟਰ ਹੋਰ ਅੱਗੇ ਜਾ ਕੇ 400 ਕਿਲੋਮੀਟਰ ਦਾ ਡਿਸਟੈਂਸ ਬਣੇਗਾ, ਜਿਹਦੇ ਨਾਲ ਗੰਗਾਨਗਰ, ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਕਵਰ ਹੋ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੱਕ ਜੋ ਟ੍ਰੇਨ ਹੈ ਉਹ ਸਾਰਿਆਂ ਨੂੰ ਸੁਵਿਧਾ ਜਿਹੜੀ ਮਿਲ ਸਕਦੀ ਹੈ। ਇਸੇ ਤਰ੍ਹਾਂ ਇੱਕ ਸਾਡੀ ਉਦਨ ਆਬਾ ਗੰਗਾਨਗਰ ਤੋਂ ਹਾਵੜਾ ਟ੍ਰੇਨ ਸੀ, ਇਹਨੂੰ ਰੀਸਟੋਰ ਕਰਨ ਦੀ ਲੋੜ ਹੈ। ਪਹਿਲੇ ਬੜੇ ਲੰਬੇ ਸਮੇਂ ਤੋਂ ਇਹ ਚੱਲ ਰਹੀ ਸੀ, ਲੋਕਾਂ ਦੀ ਇਹ ਜਿਹੜੀ ਸਹੂਲਤ ਹੈ ਖੋ ਲਈ ਗਈ ਹੈ। ਇਸੇ ਤਰ੍ਹਾਂ ਸਭਾਪਤੀ ਜੀ, ਇੱਕ ਜੋ ਦੋ ਟ੍ਰੇਨਾਂ ਜਿਹੜੀਆਂ ਕਿ ਐਕਸਟੈਂਡ ਕਰਨ ਦੀ ਲੋੜ ਹੈ, ਰੈਗੂਲਰ ਚੱਲ ਰਹੀਆਂ, ਮੁੰਬਈ ਬਾਂਦਰਾ ਤੋਂ ਗੰਗਾਨਗਰ, ਇਹ ਟ੍ਰੇਨ 4 ਵਜੇ ਸਵੇਰੇ ਮੋਰਨਿੰਗ ਪਹੁੰਚਦੀ ਹੈ ਗੰਗਾਨਗਰ 'ਤੇ, 17 ਘੰਟੇ ਰੋਕ ਕੇ, ਮੰਤਰੀ ਮਹੋਦਯ 17 ਘੰਟੇ ਖੜ੍ਹੀ ਹੋ ਕੇ, ਫਿਰ ਅਗਲੇ ਦਿਨ 11 ਵਜੇ ਜੋ ਰਾਤ ਨੂੰ ਉਹ ਟ੍ਰੇਨ ਉੱਥੋਂ ਚੱਲਦੀ ਹੈ, ਅਗਰ ਉਸ ਨੂੰ ਫਿਰੋਜ਼ਪੁਰ ਤੱਕ ਐਕਸਟੈਂਡ ਕਰਤਾ ਜਾਏ ਤਾਂ ਉਹ ਸਾਰਾ ਏਰੀਆ ਜਿਹੜਾ ਉਹਦੇ 'ਚ ਕਵਰ ਕੀਤਾ ਜਾ ਸਕਦਾ। ਉਹ ਟ੍ਰੇਨ ਜੋ ਹੈ 14701 ਅਤੇ 14702 ਨੰਬਰ ਟ੍ਰੇਨ ਹੈ। ਤੀਸਰੀ ਇੱਕ ਦੂਸਰੀ ਟ੍ਰੇਨ 14349, 14640, ਇਹ ਟ੍ਰੇਨ ਜੋ ਹੈ ਮੁਹਾਲੀ ਚੰਡੀਗੜ੍ਹ ਤੋਂ ਫਿਰੋਜ਼ਪੁਰ ਤੋਂ ਐਕਸਟੈਂਡ ਕਰਕੇ ਫਾਜ਼ਿਲਕਾ ਗੰਗਾਨਗਰ ਲਈ ਇਸ ਨੂੰ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸਾਡੇ ਅੰਮ੍ਰਿਤਸਰ ਵਾਸਤੇ, ਕਿਉਂਕਿ ਸਿੱਖ ਜੋ ਹੈ ਉਹਨਾਂ ਦੀਆਂ ਭਾਵਨਾਵਾਂ ਅੰਮ੍ਰਿਤਸਰ ਗੋਲਡਨ ਟੈਂਪਲ ਨਾਲ ਜੁੜੀਆਂ, ਉਸੇ ਤਰ੍ਹਾਂ ਹੀ ਜੋ ਸਿੱਖ ਭਾਈਚਾਰਾ ਹੈ ਉਹਨਾਂ ਦੀ ਭਾਵਨਾਵਾਂ ਨੰਦੇੜ ਸਾਹਿਬ, ਹਜ਼ੂਰ ਸਾਹਿਬ ਨਾਲ ਜੁੜੀਆਂ। ਅਗਰ ਇੱਥੋਂ ਫਾਜ਼ਿਲਕਾ ਤੋਂ ਟ੍ਰੇਨ ਚਲਾ ਕੇ ਨੰਦੇੜ ਸਾਹਿਬ ਲਈ, ਅਗਰ ਵਾਇਆ ਗੰਗਾਨਗਰ, ਬੀਕਾਨੇਰ, ਜੈਪੁਰ ਲਈ ਗਿਆ, ਤਾਂ ਜੋ ਅੰਮ੍ਰਿਤਸਰ ਤੋਂ
ਨੰਦੇੜ ਸਾਹਿਬ ਟ੍ਰੇਨ ਜਾਂਦੀ ਉਹਦੇ ਤੋਂ 500 ਕਿਲੋਮੀਟਰ ਜੋ ਹੈ ਇਹਦੇ ਡਿਸਟੈਂਸ ਘੱਟ ਪੈਂਦਾ ਅਤੇ ਇੱਥੋਂ ਫਾਜ਼ਿਲਕਾ ਫਿਰੋਜ਼ਪੁਰ ਤੋਂ ਟ੍ਰੇਨ ਜਿਹੜੀ ਇਹ ਚੱਲਣੀ ਜ਼ਰੂਰੀ ਹੈ। ਇਸੇ ਤਰ੍ਹਾਂ ਹਰਿਦੁਆਰ ਲਈ ਅਤੇ ਪੰਜਾਬ ਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਵੀ ਸਾਡੀ ਕਨੈਕਟੀਵਿਟੀ ਨਹੀਂ ਹੈ। ਇਸ ਕਰਕੇ ਸਭਾਪਤੀ ਜੀ ਇੱਕ ਫਾਜ਼ਿਲਕਾ ਤੋਂ ਪਲੀਜ਼, ਬੜਾ ਧਾਰਮਿਕ ਸਥਾਨ ਹੈ ਫਾਜ਼ਿਲਕਾ ਤੋਂ ਮੁਕਤਸਰ ਸਾਹਿਬ ਜੋ ਹੈ 40 ਮੁਕਤਿਆਂ ਦੀ ਧਰਤੀ ਹੈ, ਉਹ ਫਾਜ਼ਿਲਕਾ ਤੋਂ ਮੁਕਤਸਰ ਵਾਇਆ ਬਠਿੰਡਾ ਟ੍ਰੇਨ ਚੱਲ ਕੇ ਚੰਡੀਗੜ੍ਹ ਲਈ ਦਿੱਲੀ ਲਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਇਸ ਤੋਂ ਸਰ ਕੁਛ ਓਵਰ ਬ੍ਰਿਜ ਅਤੇ ਅੰਡਰ ਬ੍ਰਿਜਾਂ ਦੀ ਜਿਹੜੀ ਹੈ ਸਖ਼ਤ ਜ਼ਰੂਰਤ ਹੈ, ਜਿਹੜੀ ਕਿ ਫਿਰੋਜ਼ਪੁਰ ਅਤੇ ਮੁਕਤਸਰ ਦੇ ਵਿੱਚ ਹੈਗੇ। ਮੈਂ 48B ਸਰ ਇੱਕ ਮਿੰਟ ਇੱਕ ਜੋ ਗੁੜਸ ਹੈ ਜੋ ਲੋਡਿੰਗ ਅਨਲੋਡਿੰਗ ਹੁੰਦੀ ਹੈ ਜਿਹਦੇ ਨਾਲ ਜੋ ਕਣਕ ਚੌਲ ਜੋ ਹੈ ਦੂਸਰੇ ਸਟੇਟੋਂ ਮੈਂ ਜਾਂਦਾ ਉਹ ਸ਼ਹਿਰ ਕੇ ਬਿਲਕੁਲ ਵਿੱਚ ਹੈ ਔਰ ਉਸ ਨੂੰ 5 ਕਿਲੋਮੀਟਰ ਅੱਗੇ ਕਰਕੇ ਫਾਜ਼ਿਲਕਾ ਸਾਈਡ 'ਤੇ ਉਹਨੂੰ ਚਲਾਇਆ ਜਾ ਸਕਦਾ ਤਾਂ ਕਿ ਲੋਕਾਂ ਦੀਆਂ ਸਹੂਲਤਾਂ ਜਦੋਂ ਲੋਡਿੰਗ ਅਨਲੋਡਿੰਗ ਹੁੰਦੀ ਹੈ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਲੋਕ ਬਹੁਤ ਹੀ ਸਰ ਬਹੁਤ ਲੋਕਾਂ ਨੂੰ ਮੁਸ਼ਕਲ ਪੈਦਾ ਹੁੰਦੀ ਹੈ ਸਾਰਾ ਸਾਰਾ ਦਿਨ ਟ੍ਰੈਫਿਕ ਜਾਮ ਹੁੰਦਾ। ਇੱਕ ਬੜਾ ਵੱਡਾ ਜਿਹੜਾ ਹੈ ਇਹ ਵੀ ਜ਼ਰੂਰ ਕਰਨ ਦੀ ਲੋੜ ਹੈ ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਸਰ ਬਾਰਡਰ ਇਹ ਧੰਨਵਾਦ ਅਧਿਆਕਸ਼ ਮਹੋਦਯ ਧੰਨਵਾਦ ਨਹੀਂ ਨਹੀਂ ਪੂਰਾ ਵਕਤ ਹੈ ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ ਜੈ ਭਾਰਤ।